ਪਰਾਲੀ ਨੂੰ ਆਧੁਨਿਕ ਤਰੀਕੇ ਨਾਲ ਸੰਭਾਲਣ ਦੀ ਬਜਾਏ ਕਈ ਕਿਸਾਨ ਅੱਜ ਵੀ ਅੱਗ ਲਗਾਉਣ ਨੂੰ ਤਰਜੀਹ ਦੇ ਰਹੇ ਨੇ। ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਜਾ ਰਹੀ ਹੈ, ਜਿਸ ਕਾਰਨ ਵਾਤਾਵਰਨ ਤਾਂ ਜ਼ਹਿਰੀਲਾ ਹੋ ਹੀ ਰਿਹਾ, ਨਾਲ ਸੜਕੀ ਹਾਦਸੇ ਵੀ ਵਾਪਰ ਰਹੇ ਨੇ। ਬਰਨਾਲਾ ਵਿਖੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਅਤੇ ਉਸਦੇ ਧੂੰਏ ਕਾਰਨ ਇਨੋਵਾ ਟਰੱਕ ਅਤੇ ਮੋਟਰਸਾਈਕਲ ਸਵਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਅਤੇ ਕਈ ਜ਼ਖਮੀ ਹੋ ਗਏ। ਇਨ੍ਹਾਂ ਕੀਮਤੀ ਜਾਨਾਂ ਲਈ ਕਿਸਾਨਾਂ ਦਾ ਪਰਾਲੀ ਨੂੰ ਅੱਗ ਲਗਾਉਣਾ ਵੱਡੀ ਗਲਤੀ ਸਾਬਤ ਹੋ ਰਿਹਾ। ਇਹ ਜੀ ਇਹ ਧੂਏ ਦੇ ਕਾਰਨ ਹੀ ਹੋਇਆ ਜੀ। ਆਪਣੇ ਜਖਨਾ ਰੋਡ ਤੇ ਜਿਹੜਾ ਨਵਾਂ ਰੋਡ ਬਣਿਆ, ਇਹਦੇ ਤੇ ਐਕਸੀਡੈਂਟ ਹੋਇਆ, ਧੂਏ ਦੀ ਵਜ੍ਹਾ ਨਹੀਂ ਹੋਇਆ ਜੀ। ਹੋਰ ਵੀ ਐਕਸੀਡੈਂਟ ਦੱਸਦੇ ਨੇ, ਸੇਖਾ ਰੋਡ ਤੇ ਵੀ ਹੋਇਆ ਗਾ, ਕਈ ਐਕਸੀਡੈਂਟ ਦੱਸਦੇ ਨੇ। ਇੱਕ ਚੀਮਿਆਂ ਤੋਂ ਮੁੰਡੇ ਦੀ ਮੌਤ ਹੋ ਗਈ ਦੱਸਦੇ ਨੇ ਵੀ ਧੂਏ ਦੇ ਕਾਰਨ ਹੀ ਹੋਇਆ ਜੀ। ਕੋਈ ਵੀ ਦਿਸ ਨਹੀਂ ਰਿਹਾ ਜੀ ਅੱਗੇ, ਇਸੇ ਕਾਰਨ ਕੰਮ ਤੇ ਆ ਰਹੇ ਸੀਗੇ, ਆ ਧੂਏ ਦੇ ਕਾਰਨ ਹੀ ਮੌਤ ਹੋਈ ਆ ਆਪਣਾ ਹੋਇਆ। ਇਹ ਜਿਹੜਾ ਪੱਤੀ ਰੋਡ 'ਤੇ ਐਕਸੀਡੈਂਟ ਹੋਇਆ, ਇਹਦੇ 'ਤੇ ਜਿਹੜਾ ਟਰੱਕ ਆ ਉਹ ਇੱਧਰੋਂ ਬਰਨਾਲੇ ਵੱਲੋਂ ਉੱਧਰ ਨੂੰ ਜਾ ਰਿਹਾ ਸੀਗਾ ਡਰੇਨ ਵੱਲ ਨੂੰ, ਅਤੇ ਜਿਹੜਾ ਮੋਟਰਸਾਈਕਲ ਵਾਲਾ ਉਹ ਚੀਮਿਆਂ ਵੱਲੋਂ ਇੱਧਰ ਬਰਨਾਲੇ ਸ਼ਹਿਰ ਵੱਲੋਂ ਆ ਰਿਹਾ ਸੀਗਾ, ਅਤੇ ਉੱਥੇ ਇਹਨਾਂ ਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ, ਜਿਹਦੇ 'ਚ ਮੋਟਰਸਾਈਕਲ ਦੇ ਨੌਜਵਾਨ ਦੀ ਜਿਹੜਾ ਚਲਾ ਰਿਹਾ ਸੀ ਉਹਦੀ ਮੌਤ ਹੋ ਗਈ ਆ, ਅਤੇ ਟਰੱਕ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਇਹਦੇ 'ਚ ਅਸੀਂ ਆਪਦੇ FIR ਦਰਜ ਕਰਕੇ ਜਿਹੜਾ ਟਰੱਕ ਵਾਲਾ ਹੈਗਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ। ਇੱਕ ਪਰਿਵਾਰ ਆਪਣੇ ਪੁੱਤਰ ਨੂੰ ਮਲੇਸ਼ੀਆ ਭੇਜਣ ਲਈ ਹਵਾਈ ਅੱਡੇ ਜਾ ਰਿਹਾ ਸੀ, ਪਰ ਧੂਏ ਕਾਰਨ ਟਰੱਕ ਅਤੇ ਗੱਡੀ ਦੀ ਆਪਸ ਵਿੱਚ ਅਜਿਹੀ ਟੱਕਰ ਹੋਈ ਕਿ ਹਾਦਸੇ ਵਿੱਚ ਕੁਝ ਮੌਤਾਂ ਹੋ ਗਈਆਂ। ਇਹ ਸਰ 11:30 ਵਜੇ ਦੀ ਗੱਲ ਹੈ। ਇਨੋਵਾ ਗੱਡੀ ਸਿੱਖ ਦਾ ਪਰਿਵਾਰ ਸੀਗਾ ਸਾਰਾ, ਵਿੱਚ ਮਲੇਸ਼ੀਆ ਛੱਡਣ ਜਾ ਰਹੇ ਸੀ ਬੱਚੇ ਨੂੰ ਆਪਦੇ ਨੂੰ, ਅਤੇ ਜਿਹੜਾ ਸੇਖਾ ਚੌਂਕ ਆ ਉੱਥੇ ਕ੍ਰੋਸ ਕਰਨ ਵੇਲੇ ਡਰਾਈਵਰ ਨੇ ਗੱਡੀ ਜਿਹੜੀ ਆ ਸੜਕ ਦੇ ਵਿਚਾਲੋਂ ਮੋੜਨ ਕਰਕੇ ਅੱਗੇ ਜ਼ੋਰ, ਜਿਹੜਾ ਲੁਧਿਆਣੇ ਤੋਂ ਕੈਂਟਰ ਆ ਰਿਹਾ ਸੀ ਕੋਈ ਹੰਡਿਆਏ ਦਾ ਸੀਗਾ, ਪੜਤਾਲ ਤੋਂ ਪਤਾ ਲੱਗਿਆ, ਉਹਦੇ ਵਿੱਚ ਜ਼ੋਰ ਦਰ ਜ਼ਬਰਦਸਤ ਵੱਜ ਕੇ ਕਹਾਂ ਦੁਕਾਨਾਂ ਦੇ ਵਿੱਚ ਜਾ ਵੜੀ, ਅਤੇ ਜਿਹੜੇ ਇਨੋਵਾ ਕਾਰ ਦੇ ਵਿੱਚ ਸਾਰੇ ਹੀ ਬੰਦੇ ਗੰਭੀਰ ਇੰਜਰਡ ਨੇ। ਇੱਕ ਬੱਚਾ 7-8 ਮਹੀਨਿਆਂ ਦਾ, ਉਹਦੀ ਡੈਡ ਮੌਤ ਹੋ ਗਈ ਮੌਕੇ ਤੋਂ, ਸਿਵਲ ਹਸਪਤਾਲ ਬਰਨਾਲੇ ਵਿੱਚ ਡੈਡ ਹਾਊਸ 'ਚ ਮੌਜੂਦ ਹੈ। ਬਾਕੀ ਸਾਰੇ ਜਿਹੜੇ ਇੰਜਰਡ ਨੇ ਉਹ ਪਟਿਆਲੇ ਦਾਖਲ ਨੇ, ਉਹਨਾਂ ਦੀ ਮੈਂ ਅਗਲ ਹਾਲ ਚਾਲ ਪੁੱਛਣ ਵਾਸਤੇ ਔਰ ਉਹਨਾਂ ਦਾ ਦੇਖਣਾ ਵੀ ਉਹ ਕਿਹਦਾ ਕਸੂਰ ਹੈਗਾ। ਅਸਲ 'ਚ ਹੁਣ ਤੱਕ ਪੜਤਾਲ ਤੋਂ ਪਤਾ ਲੱਗਿਆ ਵੀ ਨੋਆ ਦਾ ਹੀ ਕਸੂਰ ਹੈ, ਅਤੇ ਮੈਂ ਪਟਿਆਲੇ ਨੂੰ ਜਾ ਰਿਹਾ। ਸਾਡੀ ਇੱਥੇ ਪੁਲਿਸ ਪਾਰਟੀ ਹੈ ਜਿਹੜੀ ਉਹ ਕੇਸ ਰਜਿਸਟਰਡ ਕਰਕੇ ਅਤੇ ਜਿਹੜੀ ਵੀ ਕਾਰਵਾਈ ਹੈਗੀ ਉਹ ਕਰ ਰਹੇ ਨੇ। ਕਿੰਨੇ ਮਹਿਲਾ, ਕਿੰਨੇ ਬੱਚੇ, ਕਿੰਨੇ ਬੰਦੇ ਨੇ ਜੀ? ਬੱਚੇ ਕੋਈ ਹੈਗੇ 3-4 ਬੱਚੇ ਵੀ ਹੈਗੇ ਨੇ ਜੀ, ਔਰਤਾਂ ਵੀ ਨੇ ਜੀ, ਅਤੇ ਲੇਡੀਜ਼ ਵੀ ਨੇ ਜਿਹੜੇ, ਉਹ ਕਲੀਅਰ ਨਹੀਂ ਹੈ ਰੁਕੇ ਦੇ ਵਿੱਚ। ਉਹ ਪਟਿਆਲੇ ਸੁਣਿਆ ਵੀ ਡੈਡ ਹੋਏ, ਪਰ ਅਜੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਲਿਖਤੀ ਨਹੀਂ ਆਈ। ਫਿਰ ਵੀ ਮੈਂ ਪੜਤਾਲ ਲਈ ਆਪ ਜਾ ਰਿਹਾ, ਉੱਥੇ ਜਾ ਕੇ ਸਾਰੀ ਸਿਚੁਏਸ਼ਨ ਦਾ ਪਤਾ ਕਰਕੇ ਫਿਰ ਅਗਲੀ ਕਾਰਵਾਈ ਉਹਨਾਂ ਖਿਲਾਫ਼ ਕੀਤੀ ਜਾਵੇਗੀ ਜਿਹਦੀ ਵੀ ਬਣਦੀ ਹੋਊਗੀ। ਕਾਰਨ ਧੂੰਆਂ ਹੈ ਜੀ ਸਰ, ਬਾਕੀ ਗੱਡੀ ਦੇ ਵਿੱਚ ਜ਼ਿਆਦੀਆਂ ਸਵਾਰੀਆਂ ਵੀ ਹੋ ਸਕਦੀਆਂ ਨੇ, ਅਤੇ ਡਰਾਈਵਰ ਦਾ ਵੀ ਇੱਕ ਥੋੜ੍ਹਾ ਫਾਲਟ ਹੈਗਾ ਆ ਇਨੋਵਾ ਕਾਰ ਵਾਲੇ ਦਾ। ਚੌਂਕ ਪੈਂਦਾ ਸੀ, ਚੌਂਕ ਦੇ ਵਿੱਚ ਜਾਂਦਾ ਤਾਂ ਕਿਸੇ ਪਾਸੇ ਧਿਆਨ ਇੱਧਰ ਉੱਧਰ ਹੋ ਗਿਆ, ਤਾਂ ਇਹ ਐਕਸੀਡੈਂਟ ਹੋਣ ਦਾ ਕੋਈ ਕਾਰਨ ਬਣਿਆ ਆ। ਇਹਨਾਂ ਸੜਕੀ ਹਾਦਸਿਆਂ ਲਈ ਜ਼ਿੰਮੇਵਾਰ ਲੋਕਾਂ ਲਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਕੁਝ ਸਿੱਖਿਆ ਮਿਲ ਸਕੇ। ਬਰਨਾਲਾ ਤੋਂ ਬਾਲਕ੍ਰਿਸ਼ਨ ਗੋਇਲ ਅਤੇ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3-5 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।